ਹਜ਼ਾਰਾਂ ਦੇ ਹਜ਼ਾਰਾਂ ਹਾਨੀ ਹੋਣਗੇ ਉਹਨਾਂ ਦੇ ਹਾਨ ਦੇ ਮੁੰਡੇ ਜਿਹੜੇ ਫੋਟੋ ਵਿੱਚ ਲੋ ਫਿਰ ਪਿੱਛੋਂ ਬੋਲ ਲੋ ਤਾਂ ਲਾ ਗਈ ਜ਼ਰੂਰ ਕਿਤੇ ਕੱਲ੍ਹ ਜਵੀਰ ਕੌਰ ਦੀ ਲਾ ਦੇ ਕਿ ਡਿਸਟਰਬੈਂਸ ਹੋ ਜਾਂਦੀ ਜਦੋਂ ਪਿੱਛੇ ਗੱਲਾਂ ਕਰਦੇ ਹੋ ਤਾਂ ਫਿਰ ਸਾਰਾ ਕੰਸਨਟ੍ਰੇਸ਼ਨ ਕਰੀ ਜਿੰਨੀਆਂ ਫੋਟੋ ਖਿੱਚ ਲਈਆਂ ਦੋ ਮਹੀਨੇ ਤੁਹਾਡਾ ਸਰ ਸਕਦਾ ਇਹਦੇ ਨਾਲ ਕਿਉਂਕਿ ਸਾਡੇ ਇਕੱਠ ਇੰਨੇ ਹੀ ਹੁੰਦੇ ਨੇ ਆਹੀ ਕੱਪੜੇ ਹੁੰਦੇ ਸਾਡੇ ਭਗਤ ਸਿੰਘ ਦੇ ਹਜ਼ਾਰਾਂ ਹਾਨੀ ਹੋਣਗੇ ਜਿਹਨਾਂ ਦੀਆਂ ਮਾਵਾਂ ਉਦੋਂ ਕਹਿੰਦੀਆਂ ਹੋਣੀਆਂ ਪੁੱਤ ਭਗਤ ਸਿੰਘ ਹੋਰਾਂ ਦੀ ਸੰਗਤ ਚ ਨਾ ਜਾਇਆ ਕਰੋ ਉਹ ਤਾਂ ਗਲਤ ਕੰਮਾਂ ਚ ਪੈ ਗਏ ਆਪਾਂ ਕੀ ਲੈਣਾ ਪੁੱਤ ਬਿਜ਼ਨਸ ਕਰਕੇ ਤੁਰ ਗਏ ਹੋਣਗੇ ਕਿਹੜਾ ਨਾਂ ਜਾਣਦੇ ਹੋ ਜੀ ਨਹੀਂ ਜਾਣਦੇ ਗੁਰੂ ਨਾਨਕ ਦੇਵ ਜੀ ਦੇ ਹਜ਼ਾਰਾਂ ਹਾਨੀ ਹੋਣਗੇ ਜਿਹੜੇ ਬਿਜ਼ਨਸ ਕਰਕੇ ਪੈਸੇ ਕਮਾ ਕੇ ਤੁਰ ਗਏ ਹੋਣਗੇ ਕਿਹਦਾ ਨਾਂ ਜਾਣਦੇ ਹੋ ਜੀ ਨਹੀਂ ਜਾਣਦੇ ਦੂਜੇ ਪਾਸੇ ਦੇਖੋ ਸ਼ਹੀਦਾਂ ਦੇ ਤੇ ਗੁਰੂਆਂ ਦੇ ਮੇਲੇ ਲੱਗਦੇ ਨੇ ਜੀ ਮੇਲੇ ਲੱਗਦੇ ਨੇ ਆਹੀ ਫਰਕ ਹੁੰਦਾ ਲੋਕ ਉਹਨਾਂ ਨੂੰ ਕਦੇ ਵੀ ਯਾਦ ਨਹੀਂ ਰੱਖਦੇ ਜਿਹੜੇ ਬੈਂਕਾਂ 'ਚ ਖਾਤੇ ਖਿਲਾ ਕੇ ਤੁਰ ਜਾਂਦੇ ਨੇ ਤੇ ਲੋਕ ਉਹਨਾਂ ਨੂੰ ਕਦੇ ਵੀ ਨਹੀਂ ਭੁੱਲਦੇ ਜਿਹੜੇ ਦਿਲਾਂ 'ਚ ਖਾਤੇ ਖਿਲਾਉਂਦੇ ਨੇ ਪਰ ਦਿਲਾਂ 'ਚ ਖਾਤੇ ਖਿਲਾਉਣੇ ਬਹੁਤ ਮੁਸ਼ਕਲ ਨੇ ਉਹਦੇ ਵਾਸਤੇ ਕੁਰਬਾਨੀਆਂ ਕਰਨੀਆਂ ਪੈਂਦੀਆਂ ਸੋ ਵੀਰੋ ਉੱਠਣਾ ਪਊਗਾ ਆਪਾਂ ਨੂੰ ਉੱਠਣਾ ਪਊਗਾ ਆਪਾਂ ਨੂੰ ਮੀਡੀਆ ਸਾਰਾ ਇਹਨਾਂ ਦੇ ਹੱਥ 'ਚ ਹੈ ਕੇਬਲ ਮਾਫੀਆ ਤੁਸੀਂ ਦੇਖ ਲਿਓ ਪੀ ਟੀ ਸੀ ਜਦੋਂ ਮਰਜ਼ੀ ਲਾ ਲਿਓ ਕੀ ਹੁੰਦਾ ਉੱਤੇ ਬਾਦਲ 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 ਵੱਡਾ ਬਾਦਲ ਛੋਟਾ ਬਾਦਲ ਅਤੇ ਬੀਬੀ ਬਾਦਲ ਫੇਰ ਫੇਰ ਬਾਦਲ ਫੇਰ ਫੇਰ ਬੀਬੀ ਬਾਦਲ ਫੇਰ ਫੇਰ ਵੱਡਾ ਬਾਦਲ 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 ਅਤੇ ਬਾਦਲ ਇਹ ਸਨ ਹੁਣ ਤੱਕ ਦੇ ਬਾਦਲ ਬਾਕੀ ਬਾਦਲ ਲੈ ਕੇ ਫਿਰ ਹਾਜ਼ਰ ਹੁੰਦੇ ਹਾਂ ਉਹਨੂੰ ਤੱਕ ਲਈ ਦੇਖਦੇ ਰਹੋ ਬਾਦਲ ਬਾਦਲ ਲੈ ਕੁਛ ਹੋਰ ਵੀ ਦਿਖਾ ਦਿਓ ਨਹੀਂ ਦਿਖਾਉਂਦੇ ਕੋਈ ਗੱਲ ਨਹੀਂ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਢੀਂਡੇ ਦੀਆਂ ਰੈਲੀਆਂ ਨੂੰ ਵੀ ਬਹੁਤ ਵੱਡੀਆਂ ਵੱਡੀਆਂ ਕਰਕੇ ਦਿਖਾਇਆ ਸੀ ਸੰਗਰੂਰ ਜਦੋਂ ਵੋਟਾਂ ਵਾਲੇ ਬਕਸੇ ਖੁੱਲੇ ਖਾਲੀ ਪਤੀਲੀ ਖੜਕਦੇ ਸੀਗੇ ਦਿਓ ਇਹ ਸਭ ਬੀ ਬੀ ਸੀ ਸਭ ਸੀ ਐਨ ਐਨ ਸਾਡੇ ਤਾਂ ਇਹੀ ਨੇ ਇਹਨਾਂ ਨੇ ਕਬਜ਼ੇ 'ਚ ਕਰ ਲਿਆ ਸਾਰਾ ਕੁਛ ਅੱਜ ਵੀ ਕਹਿੰਦੇ ਸੀ ਉਹ ਜਿਹੜੀ ਆਪਣੀ ਸਰਕਾਰੀ ਕਿਸਾਨ ਯੂਨੀਅਨ ਇਹਨਾਂ ਦੀ ਆ ਸਰਕਾਰੀ ਆ ਉਹ ਮੰਡੀ ਕਨਪੁਰ ਦਾ ਚੇਅਰਮੈਨ ਹੈ ਜਿਹੜਾ ਪ੍ਰਧਾਨ ਉਹ ਕਹਿੰਦੇ ਸੈਂਟਰ ਨੂੰ ਕਹਿਣਾ ਕੱਢੋ ਪੰਜਾਬ ਨੂੰ ਕੁਛ ਨਹੀਂ ਕਹਿਣਾ ਹੁੰਦਾ ਤੇ ਕਹਿੰਦੇ ਅੱਜ ਰਸਤੇ ਰੋਕ ਲਿਓ ਮੈਂ ਕਿਹਾ ਜੀ ਰੋਕ ਲਿਓ ਸਾਡੇ ਵਾਲੇ ਰਸਤਿਆਂ ਵਿੱਚ ਵੀ ਤਾਂ ਆਉਂਦੇ ਨਹੀਂ ਤਾਂ ਡੰਡੀਆਂ 'ਚ ਆਉਂਦੇ ਨੇ ਇਹ ਤਾਂ ਪੱਖਿਆਂ ਵਿੱਚ ਵੀ ਆਉਂਦੇ ਆ ਰੋਕ ਲਿਓ ਰਸਤੇ ਤੁਸੀਂ ਰੋਕ ਲਓ ਦਰਿਆਵਾਂ ਨੂੰ ਥੋੜ੍ਹੀ ਨੱਕੇ ਲੱਗਦੇ ਹੁੰਦੇ ਆ ਵੀਰੋ ਇਸ ਤਰ੍ਹਾਂ ਦੇ ਸ਼ਰਿਅੰਤਰ ਕਰ ਰਹੇ ਨੇ ਪਰ ਹੁਣ ਗੱਲ ਲੋਕਾਂ ਦੇ ਦਿਲ 'ਚ ਘਰ ਕਰ ਚੁੱਕੀ ਹੈ ਲੋਕਾਂ ਦੇ ਦਿਲ 'ਚ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਦਿੱਲੀ 'ਚ ਪਾਰਲੀਮੈਂਟ 2017 ਮੇ ਪੰਜਾਬ ਮੇ ਕੌਣ ਕੌਣ ਸੇ ਮੁੱਦੇ ਲੈ ਕੇ ਜਾਏਂਗੇ ਆਪ ਮੈਂ ਕਿਹਾ ਜੀ ਪੰਜਾਬੀ ਆ ਮੁੱਦਿਆਂ ਮਾਦਿਆਂ 'ਚ ਨਹੀਂ ਘਾਟੀ ਤਾਂ ਧਿਆਨ ਜਿਹਾ ਹੁੰਦਾ ਸਾਡਾ ਤੇ ਫਿਰ ਕੈਸੇ ਹੁੰਦਾ ਹੈ ਮੈਂ ਕਿਹਾ ਸਾਡਾ ਤਾਂ ਮੂਡ ਜਿਹਾ ਬਣਦਾ ਹੁੰਦਾ ਜੀ ਵੀ ਇਹ ਕਿਆ ਹੁੰਦਾ ਮੈਂ ਕਿਹਾ ਸਾਡੇ ਤਾਂ ਦਿਲ ਨੂੰ ਜਿਹੜੀ ਗੱਲ ਜੱਜ ਗਈ ਇੱਕ ਵਾਰੀ ਜੱਜ ਗਈ ਬਸ ਜੱਜ ਗਈ ਉੱਥੇ ਖੜ ਜਾਂਦੇ ਹਾਂ ਫਿਰ ਅਸੀਂ ਕਿਤੇ ਇਹ ਕੈਸੇ ਕੈਸੇ ਜੱਜਦੀ ਹੈ ਮੈਂ ਕਿਹਾ ਜੀ ਖੁੰਡਾਂ 'ਤੇ ਬਹਿ ਕੇ ਜੱਜਦੀ ਹੈ ਇਹ ਖੁੰਡ ਕਿਆ ਹੁੰਦਾ ਹੈ ਮੈਂ ਕਿਹਾ ਜੀ ਮਿੰਨੀ ਪਾਰਲੀਮੈਂਟ ਹੁੰਦਾ ਹੈ ਹਰੇਕ ਪਿੰਡ ਮੇਂ ਹੁੰਦਾ ਹੈ ਸਾਰਾ ਸਿਆਪਾ ਇੱਥੇ ਹੁੰਦਾ ਹੈ ਨਹੀਂ ਇਹ ਕੈਸੇ ਮੈਂ ਸਮਝੀ ਨਹੀਂ ਮੈਂ ਕਿਹਾ ਜੀ ਮੈਂ ਸਮਝਾਤਾ ਹੂੰ ਕੈਸੇ ਜੱਜਦੀ ਹੈ ਭਦੌੜ ਹਲਕਾ ਵੀਰੋ ਬਰਨਾਲੇ ਦਾ ਭਦੌੜ ਵਾਲਿਆਂ ਨੇ 2012 ਦੇ ਵਿੱਚ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਅਫਸਰ ਵਿਧਾਨ ਸਭਾ ਚੋਣਾਂ ਦੇ ਵਿੱਚ ਹਰਾਤਾ ਦਰਬਾਰਾ ਸਿੰਘ ਗੁਰੂ ਪ੍ਰਿੰਸੀਪਲ ਸੈਕਟਰੀ ਟੂ ਸੀ ਐਮ ਇਹਦੇ ਵੱਡਾ ਕੋਈ ਅਫਸਰ ਨਹੀਂ ਹੁੰਦਾ ਫਿਰ ਮੁੱਖ ਮੰਤਰੀ ਹੁੰਦਾ ਹਰਾਇਆ ਕੀ ਨੇ ਮੁਹੰਮਦ ਸਦੀਕ ਨੇ ਕਿਹੜਾ ਮੁੱਦਾ ਚੱਲ ਗਿਆ ਕੋਈ ਮੁੱਦਾ ਨਹੀਂ ਚੱਲਿਆ ਵੀਰੋ ਮੈਂ ਤਾਂ ਮੇਰੇ ਹਲਕੇ 'ਚ ਪੈਂਦਾ ਮੈਂ ਜਾਣਦਾ ਉਹਨਾਂ ਨੂੰ ਭਦੌੜ ਦੇ ਲੋਕਾਂ ਦੇ ਦਿਲ 'ਚ ਇੱਕ ਗੱਲ ਜੱਟ ਗਈ ਉਹਦੇ ਨਾਲ ਹੀ ਬਸ ਕੰਮ ਉਲਟਾ ਹੋ ਗਿਆ ਕੰਮ ਦਰਬਾਰਾ ਸਿੰਘ ਗੁਰੂ ਨੇ ਤੱਕੜੀ ਵਾਲੇ ਪੋਸਟਰ 'ਚ ਪਾ ਲਏ ਕਿ ਸਾਨੂੰ ਤੱਕੜੀ ਨੂੰ ਵੋਟ ਪਾਓ ਆਪਦੀ ਫੋਟੋ ਲਾ ਲਈ ਸਿਆਲ 'ਚ ਵੋਟਾਂ ਸੀ ਆਪਦੀ ਫੋਟੋ ਲਾ ਲਈ ਦੋਨੇ ਹੱਥ ਪੈਂਟ ਦੀਆਂ ਜੇਬਾਂ 'ਚ ਪਾ ਕੇ ਖੜ ਗਿਆ ਹੈ ਕਈ ਭਾਸ਼ਣ ਦਿੰਦਾ ਸੀ ਮਾਂ ਦੇ ਪੁੱਤ ਨੇ ਸਾਰੀ ਇਲੈਕਸ਼ਨ 'ਚ ਹੱਥ ਨਹੀਂ ਕੱਢਿਆ ਬਾਹਰ ਮੁਹੰਮਦ ਸਦੀਕ ਨੇ ਐਂ ਖਿਚਾ ਲਈ ਉਹ ਝੋਲੀ ਅੱਡ ਲੈਂਦਾ ਸੀ ਕਹਿੰਦਾ ਖੈਰ ਪਾ ਦਿਓ ਵੋਟਾਂ ਮੰਗਣ ਆਇਆ ਦੋਨੇ ਪੋਸਟਰ ਲੱਗ ਗਏ ਭਦੌੜ ਦੀਆਂ ਕੰਧਾਂ 'ਚ ਸੱਥਾਂ 'ਚ ਬਰਾਬਰ ਬਰਾਬਰ ਲੱਗ ਗਏ ਪੰਜੇ ਦਾ ਤੇ ਤੱਕੜੀ ਦਾ ਦੇਖੋ ਲੋਕ ਕਿੱਥੋਂ ਸਮਝਦੇ ਆ ਦੇਖੋ ਲੋਕ ਕਿੰਨੀਆਂ ਗੱਲਾਂ ਫੋਟੋ 'ਚੋਂ ਵੀ ਸਮਝ ਜਾਂਦੇ ਆ ਕਿ ਬੰਦੇ ਦੀ ਅੱਖ ਕੀ ਕਹਿੰਦੀ ਹੈ ਮੈਂ ਭਦੌੜ ਦੇ ਲੋਕਾਂ ਦੇ ਦਿਲ 'ਚ ਇੱਕ ਗੱਲ ਜੱਟ ਗਈ ਲੋਕ ਕਹਿੰਦੇ ਲੈ ਵੀ ਐਤਕੀ ਇਹਦੇ ਹੱਥ ਕਢਾਉਣੇ ਜੇਬਾਂ 'ਚ ਹੋਏ 11,500 ਤੇ ਹਾਰ ਗਿਆ ਹੁਣ ਹੱਥ ਬੰਦ ਆ ਫਿਰ ਤਾਂ ਲੋਕ ਕਹਿੰਦੇ ਹੁਣ ਤਾਂ ਲੇਟ ਹੋ ਗਿਆ ਹੁਣ ਨਹੀਂ
ਜੱਟਗੀ ਤਾਂ ਜੱਟਗੀ मैं तो पिंडा ही रहना अभी तो खुंडा आ रही हाँ ऐसा थोड़ी अखा पढ़ी बैठे हाँ ऐसा थोड़ी एक्सरे करी बैठे हाँ थोड़ी अंदरलिया सारिया रिपोर्टा साढ़े को दिल दिया आ गई वीरो थोड़े दिल च 2017 वास्ते गल जमा चकी पई है तुसी किसी नूं दसदे नहीं अज ताड़ी मार के पड़ास कढ़ लो जी जी ने जात की लो जी करो चेक आ खुल गई मशीन आ क्या जात की तो जात की सो इस करके वीरो तकड़े हो जो पंजाब का राजभाग संभालने लिए तैयार हो जो वीरो इन्होंने सानू बहुत दुखी किया इन्होंने सानू बहुत तरफाया इन्होंने सानू तरसाया अजेबा भरतियां मेरिया पर्चियां लिख लिख के कोई कहना जी 150 वोटा वाला सरपंच बनाता 1400 वोटा वाला बनाया नहीं कोई कहना जी मैं ख्यो वाली तो हाँ मैं एमए पोलिटिकल साइंस हाँ मैं बी एड हाँ मैं इन्होंने सरकारी लारे का शिकार हुई है ना बेरोजगार हाँ कोई कहना जी मेरी जमीन दबली कोई कहना जी कस्सी का पानी की प्रॉब्लम है कोई कहना जी मोगिया की वीरो जेबा भरती हाँ क्यों है ये तो कहते रणजीत सिंह वर्गा राज लिया है महाराजा रणजीत सिंह हो भेस बदल के पबलिक चले जाते राजे भेस बदल के पबले आपकी प्रोजेक्ट चले जाते भी कितने कोई गलत गलत नहीं हो रही साढ़े मगरों जनता साढ़िया चुगलियां तो नहीं करती महाराजा रणजीत सिंह कंधा नाल कन्न ला ला के सुनता हुंदा सी भेस बदल के मेरी प्रजा किसी गलों दुखी तो नहीं मेरे लोग मेरिया चुगलियां तो नहीं करते वीरो जे इन्हां नूं जाना पै जाए अज दे राजिआं नूं आ मजीठी होर सुखबीर बादल होर लोगों के कंधा नाल कन्न लाने वास्ते कन्न तो ला लेंगे पर सुनगे दूजे लोग कितने कोई घर चिट्टे तो बिना रह नहीं गया कितने कोई कमाई तो नहीं जाता कितने कोई पैसे चार कमाई तो नहीं जाता लाइए हिस्सा पाइए आ काम आ मैं संजय जी देखिया महल देखिया तिहाड़ दे उत्ते उच्चिया कंधा ने और उत्ते भी तार लाई गया है इन्ना डर है भी लोग इतों भी टप के ना कितने आ जाए पर गद्दाफी नालों वड्डा महल नहीं ये लोग जो आउंदे आ फिर अई घेरदे आ फिर गद्दाफी नालों वड्डा नहीं हैगा उहदे नालों वध गनमैन भी नहीं हैगे गरीब घर कौन कनियो तरसी जांदा गरीब की हुण तां कहिंदा कहिंदा भी नहीं पा सकदा इन्हां दे इटली तो लिया के लाया पत्थर जे गलती नाल बनेरे ते कां बह जे वह भी तिलक जांदा वीरो उत्थों लिया पत्थर सारा अपने पैसे का है लगे इन्होंने घर आम आदमी पार्टी पैसे कमा नहीं आई थोड़ा लुटिया होया माल ब्याज समेत इन्हों भ्रिष्टाचारियों तो वापस थोड़िया जेबा च पाउण वास्ते आई हां पुछया सुखबीर बादल जी पत्रकारों ने कहते आम आदमी पार्टी दिया रैलियां बहुत भारी कट हो रहे हैं की जवाब थी सुखबीर बादल जी का कहते लोग वोटा नहीं पाते जी जो जाते हैं वो तो भगवंत मान दी गल सुन चले जाते हैं वो तो भगवंत मान को सुन चले जाते हैं वो भगवंत मान के चुटकले सुन चले जाते हैं वीरो सुखबीर बादल जी क्योंकि कट रहे हैं पंजाब च उन्होंने शायद पंजाबी तो आती भी नहीं मैं पता सारे टब्बर की मैं रेहान नहीं टब्बर वीरो सुखबीर बादल जी को पता नहीं कि सुखबीर बादल जी इनकलाब जिंदाबाद के नारे चुटकलिया च नहीं लगते होंगे क्रांतियां च लगते होंगे है सुखबीर बादल जी लोग चुटकले सुन नहीं आ रहे लोग अपने दुख सुन आ रहे उन्हीं फैसला कर लें असी छोटे जवाकों नशिया तो हटा के रोजगार से लाना चाहते हैं ये चुटकला सुखबीर बादल पानी च मत्था च लाने चाहता है यह चुटकला असी पंजाब नू पंजाब बनाना चाहते हैं यह चुटकला सुखबीर बादल पंजाब नू कैलीफोर्निया बठिंडा नू पैरिस बनानी चाहते हैं यह चुटकला असी लोगों के चुल्हों की अग बचानी चाहते हैं सिव्या की अग ठंडी पानी चाहते हैं यह चुटकला वो पाकिस्तान नू बिजली बेचनी चाहता है ये चुटकला मंगल ग्रह से रैली करनी चाहता है ये चुटकला मंगल ग्रह से छोड़ो थानू पंजाब च थां नहीं मिलनी कि रैली करी मंगल पर रह गल करते राज करांगे 25 साल ये कहते हम असं पैसे ना जित लेंगे बोली जान दो सच आम आदमी पार्टी वाले साढ़े को पैसे ही बहुत है असं इन्ने इन्ने 100 करोड़ रुपया रख लिया कि विधानसभा सीट वास्ते बोली जान दो सच
ਜੀਰੋ ਤੇ ਤੁਹਾਨੂੰ ਪੈਸੇ ਦੇਣ ਆਉਣਗੇ ਵੋਟਾਂ ਮੇਰੇ। ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਅਸੀਂ ਸੱਚ ਬੋਲਦੇ ਹਾਂ ਵੀਰੋ, ਜਦੋਂ ਵੋਟਾਂ ਵੇਲੇ ਤੁਹਾਨੂੰ ਇਹ ਪੈਸੇ ਦੇਣਾ ਹੈ, ਦੇਖੋ ਕਿਤੇ ਪੰਜਾਬੀਓ ਮੇਰੀ ਹੱਥ ਬੰਨ ਕੇ ਬੇਨਤੀ ਹੈ, ਜਵਾਬ ਨਾ ਦੇ ਦਿਓ ਯਾਰ। ਲਕਸ਼ਮੀ ਨੀ ਮੋੜੀ ਦੀ ਹੁੰਦੀ, ਤੁਹਾਡੀ ਨੇ ਇਹਨਾਂ ਨੇ ਕਿਹੜਾ ਨਰਮਾ ਵੇਚਿਆ। ਕਈ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਵੀ ਇਹ ਤਾਂ ਉਹੀ 100 ਦਾ ਨੋਟ ਆ, ਉਹ ਖੂੰਜੇ ਤੇ ਹਲਦੀ ਚ ਲੱਗੀ ਹੋਈ ਹੈ ਜਿਹੜੀ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ। ਸਭ ਉੱਥੋਂ ਹੀ ਗੱਲ ਹੈ। ਜਿਸ ਦਿਨ ਤੁਹਾਨੂੰ ਇਹ ਪੈਸੇ ਦੇਣ ਆਏ ਵੋਟਾਂ ਵੇਲੇ, ਪੈਸੇ ਫੜ ਕੇ ਇਹਨਾਂ ਨੂੰ ਕਹਿ ਦਿਓ ਵੀ ਹਾਂ, ਤੇ ਵੋਟਾਂ ਵਾਲੇ ਦਿਨ ਅੰਦਰ ਜਾ ਕੇ ਕਰ ਦਿਓ ਵੀ ਹਾਂ। ਜਿਹਨੂੰ ਜਿਹਨੂੰ ਸਮਝ ਆ ਗਈ ਉਹ ਤਾੜੀ ਮਾਰ ਦਿਓ, ਬਾਕੀਆਂ ਨੂੰ ਮਾਫ਼ ਹੈ। ਸਾਰੀ ਸਮਝੀ, ਸਾਰੀ ਸਮਝੀ। ਸੰਜੇ ਜੀ ਕੇਜਰੀਵਾਲ ਜੀ ਨੂੰ ਦੱਸ ਦਿਓ ਕਿ ਪੰਜਾਬੀ ਸਮਝਦਾਰ ਹੈ, ਦੱਸ ਦਿਓ ਜੀ, ਦੱਸ ਦਿਓਗਾ ਜਾ ਕੇ ਦਿੱਲੀ ਉਹਨਾਂ ਨੂੰ। ਸੁਵੀਰੋ ਇਹ ਲੋਕਾਂ ਦਾ ਹੜ ਹੈ, ਇਹ ਕ੍ਰਾਂਤੀ ਹੈ। ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਆਪ ਮਾਰੇ ਆਪਦੇ ਸਾਧਨਾਂ ਤੇ ਆਏ ਹੋ। ਸੁਵੀਰੋ ਇਕੱਠੇ ਹੋਣਾ ਪਊਗਾ, ਹੋਰ ਕੋਈ ਚਾਰਾ ਨਹੀਂ, ਹੋਰ ਕੋਈ ਚਾਰਾ ਨਹੀਂ। ਪਰ ਸਾਧੇ ਲੋਕ ਇਹਨਾਂ ਨੇ ਮਿਲਦੇ ਹੀ ਨਹੀਂ। ਜਾਓ ਚੰਡੀਗੜ੍ਹ ਇਹਨਾਂ ਦੇ ਕੋਠੀਆਂ ਚ ਮਿਲਣ, ਇਹਨਾਂ ਨੂੰ ਕੰਮ ਕਾਰ ਲੈ ਕੇ ਕੋਈ ਭਾੜਾ ਕਿਰਾਇਆ ਪੱਟ ਕੇ ਬਦੀਨ ਹੋ ਕੇ ਜਾਂਦੀਆਂ। ਚਾਹ ਪਾਣੀ ਦੀ ਗੱਲ ਛੱਡੋ, ਇਹਨਾਂ ਦੀਆਂ ਕੋਠੀਆਂ ਦੇ ਦਰਵਾਜ਼ੇ ਵੀ ਨਹੀਂ ਖੁੱਲਦੇ। ਪੀਏ ਅੰਦਰੋਂ ਹੀ ਕਹਿੰਦਾ ਛੋਟੀ ਜਿਹੀ ਮੋਰੀ ਖੋਲ ਕੇ, ਸਾਹਿਬ ਹੈ ਨਹੀਂ, ਅਗਲੇ ਬੁੱਧਵਾਰ ਨੂੰ ਆਇਓ। ਚਲੋ ਜੀ, ਬਸ ਗੱਲ ਤਾਂ ਸੁਣ ਲੈ, ਨਹੀਂ ਸੁਣਦੀ ਕੋਈ ਗੱਲ ਨੀ। 100 ਸੁਨਿਆਰ ਦੀ, 1 ਲਹਾਰ ਦੀ, ਸਾਲ ਸਵਾ ਸਾਲ ਬਾਅਦ ਇਹ ਤੁਹਾਡੇ ਕੁੰਡੇ ਖੜਕਾਉਣਗੇ ਵੋਟਾਂ ਵੇਲੇ। ਜੋ ਤੁਹਾਡੇ ਕੁੰਡੇ ਖੜਕਾਏ, ਬਦਲਾ ਲੈ ਲਿਓ ਪੰਜਾਬੀਓ, ਕੁੰਡਾ ਨਾ ਖੋਲਿਓ, ਅੰਦਰ ਹੀ ਕਹਿ ਦਿਓ ਅਸੀਂ ਤਾਂ ਆਪ ਅੱਜ ਘਰੇ ਹੈ ਨੀ, ਵੋਟਾਂ ਤੋਂ ਬਾਅਦ ਹੀ ਆਇਓ। ਇਹਨਾਂ ਦੀਆਂ ਵੋਟਾਂ ਵਾਲੀਆਂ ਮਸ਼ੀਨਾਂ ਪਿੰਡਾਂ ਚੋਂ, ਸ਼ਹਿਰਾਂ ਚੋਂ, ਕਸਬਿਆਂ ਚੋਂ, ਮੁਹੱਲਿਆਂ ਚੋਂ, ਵਾਰਡਾਂ ਚੋਂ ਐਂ ਖਾਲੀ ਜਾਣੀਆਂ ਚਾਹੀਦੀਆਂ ਨੇ ਜਿਵੇਂ ਚੰਡੀਗੜ੍ਹੋਂ ਇਹਨਾਂ ਦੀਆਂ ਕੋਠੀਆਂ ਮੂਹਰੋਂ ਆਪਾਂ ਖਾਲੀ ਹੋ ਜਾਂਦੇ ਹਾਂ। ਐਂ ਖਾਲੀ ਜਾਣੀਆਂ ਚਾਹੀਦੀਆਂ, ਐਂ ਖਾਲੀ ਜਾਣੀ ਚਾਹੀਦੀ। ਮਜ਼ਾਕ ਬਣਾਇਆ ਮੁਲਕ ਦਾ, ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ, ਉਹਦੇ ਵਿੱਚ ਮੈਨੂੰ ਭੇਜਿਆ। ਪ੍ਰੋਫੈਸਰ ਸਾਧੂ ਸਿੰਘ ਜੀ ਉੱਥੇ ਹੁੰਦੇ ਨੇ, ਸਾਡੀ ਪਾਰਟੀ ਕੋਲ ਟਾਈਮ ਘੱਟ ਹੈ, 4 MP ਹੈ ਤੇ 5-6 ਮਿੰਟ ਬੋਲਣ ਦਾ ਟਾਈਮ ਹੁੰਦਾ, ਸੋ ਇਸ ਕਰਕੇ ਕੋਸ਼ਿਸ਼ ਕਰੀਦੀ ਹੈ ਕਿ ਉਹ 5-6 ਮਿੰਟ ਨੂੰ ਵਰਤਿਆ ਜਾਵੇ ਵਧੀਆ ਤਰੀਕੇ ਨਾਲ ਪਾਰਲੀਮੈਂਟ 'ਚ ਬੋਲਣ ਵਾਸਤੇ। ਵੀਰੋ ਹਿੰਮਤ, ਦਲੇਰੀ, ਰਿਸਰਚ, ਸਪੋਨਟੈਂਸੀ, ਮੌਕੇ 'ਤੇ ਗੱਲ ਲਾਉਣ ਦੀ ਕਲਾ ਚਾਹੀਦੀ ਹੈ। ਉੱਥੇ ਬੋਲਣਾ ਸੌਖਾ ਨਹੀਂ ਵੀਰੋ, ਉੱਥੇ ਐਡੇ ਐਡੇ ਦਿਮਾਗ ਬੈਠੇ ਹੈ ਔਰ 35-35 40-40 ਸਾਲਾਂ ਤੋਂ ਉੱਥੇ ਬੈਠੇ ਹੈ। ਇਹੋ ਜਿਹੀ ਗੱਲ ਕਹਿੰਦੇ ਆ, ਸਾਰਾ ਸਵਾਲ ਹੀ ਉਲਝ ਜਾਂਦਾ, ਗੱਲ ਹੀ ਹੋਰ ਪਾਸੇ ਲੰਘ ਜਾਂਦੀ ਹੈ, ਮੁੱਦਾ ਹੀ ਭਟਕ ਜਾਂਦਾ। ਫਿਰ ਚੰਦੂ ਮਾਜਰੇ ਵਰਗਾ ਕਹੀ ਜਾਂਦਾ, ਅਬ ਮੈਂ ਕਿਆ ਕਹੂੰ। ਮੈਂ ਕਿਹਾ ਅਬ ਤੂੰ ਬਹਿ ਜਾ, ਹੋਰ ਕੁਝ ਨਹੀਂ ਕਰਦਾ, ਬੋਲਣਾ ਹੀ ਨਹੀਂ ਆਉਂਦਾ ਜੀ। ਤਿੰਨ ਨੇ ਉੱਥੇ, ਤਿੰਨ, ਸ਼ੇਰ ਸਿੰਘ ਘੁਬਾਇਆ, ਬ੍ਰਹਮਪੁਰਾ ਤੇ ਚੰਦੂ ਮਾਜਰਾ। ਸ਼ਰਤ ਲਾ ਲਿਓ, ਸੁੱਚੇ ਮੂੰਹ ਹੀ ਮੁੜ ਕੇ ਆਉਣਗੇ, ਇਹ ਨਹੀਂ ਬੋਲਦੇ, ਕਿਉਂਕਿ ਉੱਥੇ ਹਿੰਦੀ ਤੇ ਅੰਗਰੇਜ਼ੀ ਚੱਲਦੀ ਹੈ, ਇਹੀ ਦੋਨੇ ਆਉਂਦੀਆਂ ਨਹੀਂ। ਬਾਦਲ ਟਿਕਟ ਹੀ ਉਹਨਾਂ ਨੂੰ ਦਿੰਦਾ ਜਿਹਨਾਂ ਨੂੰ ਇਹ ਦੋਨੇ ਨਾ ਆਉਂਦੀਆਂ। ਹੁਣ ਵੀ ਕਿਤੇ ਹਿੰਦੀ ਅੰਗਰੇਜ਼ੀ ਬੋਲ ਕੇ ਕਿਤੇ ਲੀਡਰ ਹੀ ਨਾ ਬਣ ਜਾਓ, ਉੱਥੇ ਦੇਖ ਕੇ ਚੁਣ ਲੈਂਦੇ ਆ ਪਹਿਲੀ। ਸੋ ਇਸ ਕਰਕੇ ਵੀਰੋ, ਆਮ ਆਦਮੀ ਪਾਰਟੀ ਤੁਹਾਡੀ ਆਪਣੀ ਪਾਰਟੀ, ਅਸੀਂ ਤੁਹਾਡੇ ਵਰਗੇ ਹਾਂ। ਮੈਂ ਨਵਾਂ ਨਵਾਂ ਜਿੱਤਿਆ, ਬਦਨ ਬੇਦਲ ਜੀ ਬੈਠੇ ਨੇ, ਮੈਂ ਨਵਾਂ ਨਵਾਂ ਜਿੱਤਿਆ। ਅਸੀਂ ਜਾ ਰਹੇ ਸੀ ਬਰਨਾਲੇ ਵੱਲ ਨੂੰ, ਰਸਤੇ 'ਚ ਇੱਕ ਸੱਥ ਦੇ ਵਿੱਚ ਤਾਸ਼ ਖੇਡ ਰਹੇ ਸੀ, ਬਜ਼ੁਰਗ ਤਾਸ਼ ਖੇਡੀ ਜਾਂਦੇ ਸੀ। ਮੈਂ ਕਿਹਾ ਚਲੋ ਟਾਈਮ ਹੈਗਾ, ਆਪਾਂ ਥੋੜ੍ਹਾ ਮਿਲ ਲਈਏ। ਗੱਡੀ ਰੋਕ ਕੇ ਮੈਂ ਉਹਨਾਂ ਦੇ ਵਿੱਚ ਜਾ ਕੇ ਬਹਿ ਗਿਆ, ਉਹਨਾਂ ਨੂੰ ਪਤਾ ਨਹੀਂ ਸੀ ਮੈਂ ਆਉਣਾ, ਅਚਾਨਕ ਜਾ ਕੇ ਵਿੱਚ ਬਹਿ ਗਿਆ। ਉਹ ਬੜੇ ਹੈਰਾਨ ਹੋਏ, MP ਸਾਹਿਬ ਆ ਰਹੀ, MP ਇਹੀ ਆ ਗਿਆ ਯਾਰ, ਕਮਾਲ ਹੈ ਯਾਰ, ਫੁੱਲਾਂ ਦੇ ਹਾਰ ਵਗੈਰਾ ਲਿਆਉਂਦੇ ਜੀ ਅਸੀਂ ਪਹਿਲਾਂ।